ਇਹ ਜੀ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਅਤੇ ਇਸ ਨਗਰ ਦਾ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਅਸੀਂ ਪਹਿਲੀ ਵਾਰ ਅਸੀਂ ਇਸ ਜ਼ਿਲ੍ਹੇ 'ਚ ਇੱਥੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ ਅਤੇ ਇਹਨਾਂ ਦਾ ਅਸੀਂ ਇਹ ਇਸ ਨਗਰ ਦੇ ਜਾਂ ਹੁਸ਼ਿਆਰਪੁਰ ਦੇ ਹੋਰ ਵੀ ਇਲਾਕਿਆਂ 'ਚੋਂ ਸੰਗਤਾਂ ਨੇ ਖਡੂਰ ਸਾਹਿਬ ਦੀ ਇਲੈਕਸ਼ਨ 'ਚ ਬਹੁਤ ਵੱਡਾ ਯੋਗਦਾਨ ਪਾਇਆ ਦਿੱਤਾ ਸੀ, ਉੱਥੇ ਜਾ ਕੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਸੀ, ਇਸ ਕਰਕੇ ਅਸੀਂ ਸਾਡਾ ਫਰਜ਼ ਸੀ ਇਹਨਾਂ ਦਾ ਧੰਨਵਾਦ ਕਰਨ ਵਾਸਤੇ, ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਹਾਂ ਅਤੇ ਇੱਕ ਦੋ ਇਹਨਾਂ ਨੂੰ ਹੋਰ ਬੇਨਤੀਆਂ ਕਰਨ ਵਾਸਤੇ ਆਏ ਹਾਂ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਜਾਂ ਉਹਦੀਆਂ ਵੋਟਾਂ ਬਣ ਰਹੀਆਂ ਤਾਂ ਉਹਦੇ 'ਚ ਇਹਨਾਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਹਰੇਕ ਜਿਹੜਾ ਕੋਈ ਗੁਰਸਿੱਖ ਇਹ ਵੋਟ ਦਾ ਅਧਿਕਾਰੀ ਆ ਉਹ ਆਪਣੀ ਵੋਟ ਜ਼ਰੂਰ ਬਣਾ ਦੇ ਅਤੇ ਵੋਟ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ 'ਚ ਕੋਈ ਇਲੈਕਸ਼ਨ ਆਉਂਦੀ ਹੈ ਅਤੇ ਅਸੀਂ ਜੋ ਸਿੱਖ ਸਿਧਾਂਤਾਂ ਦੇ ਅਨੁਸਾਰ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਅਤੇ ਆਪਣੀ ਜਿਹੜੀ ਸਾਡੀ ਕੌਮ ਦੀਆਂ ਸੰਸਥਾਵਾਂ ਉਹਨਾਂ ਦਾ ਆਣ ਸ਼ਾਨ ਨੂੰ ਦੁਬਾਰਾ ਬਹਾਲ ਕਰੀਏ। ਇਹ ਜੀ ਹੁਣ ਉਹਨਾਂ ਦੀ ਫਿਰ 18 ਤਰੀਕ ਆ, 28 ਤਰੀਕ ਸੀਗੀ ਅਤੇ ਉਹ ਤੋਂ ਬਾਅਦ ਫਿਰ 18 ਵਾਂ, ਅਜੇ ਸਰਕਾਰ ਦੀ ਕੋਈ ਮਨਸ਼ਾ ਨਹੀਂ ਗਈ ਉਹਨਾਂ ਨੂੰ ਰਿਲੀਜ਼ ਕਰਨ ਦੀ। ਚਲੋ ਫਿਰ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਆ ਸੰਗਤਾਂ ਦੀ, ਬੜੀ ਚਾਹਨਾ ਵਾ ਅਤੇ ਚਲੋ ਕੋਈ ਨਹੀਂ, ਜੋ ਵੀ ਠੀਕ ਆ ਉਹਦੇ ਗੁਰੂ ਦੇ ਭਾਣੇ 'ਚ। ਸਰ ਇੱਕ ਅਕਾਲ ਤਖ਼ਤ ਵੱਲੋਂ ਸੁਖਬੀਰ ਬਾਦਲ ਅਤੇ ਉਹਨਾਂ ਦੇ ਨਾਲ ਦੇ ਮੰਤਰੀ ਸੀ ਉਹਨਾਂ ਨੂੰ ਤੰਤਰੀਆ ਘੋਸ਼ਿਤ ਕੀਤਾ ਗਿਆ, ਇਸ ਬਾਰੇ ਸਾਡੇ ਕੀ ਵਿਚਾਰ? ਇਹ ਤਾਂ ਸੀਵੀ ਜੀ ਉਹਨਾਂ ਨੂੰ ਇੱਕ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ, ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ, ਕਿ ਇਹਨਾਂ ਨੇ ਬਹੁਤ ਲੰਮਾ ਟਰਮ ਇਹ ਜਿਹੜੀ ਜੀ ਅਕਾਲੀ ਦਲ ਦੀ ਵਾਗਡੋਰ ਉਹਨਾਂ ਦੇ ਹੱਥ 'ਚ ਰਹੀ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਉਹਨਾਂ ਦੇ ਹੱਥ 'ਚ ਰਿਹਾ ਉਸ ਟਾਈਮ ਤੱਕ, ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਇਹੋ ਜਿਹੀਆਂ ਵਜਰ ਗਨਾਹ ਹੋਏ ਅਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਜੋ ਉਹਨਾਂ ਨੇ ਹੁਣ ਤਾਂ ਚਲੋ ਜਥੇਦਾਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤਾਂ ਗਿਰਾ ਨਹੀਂ ਦਿੱਤਾ ਅਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜਿਹੀ ਸਜ਼ਾ ਵੀ ਦਿੱਤੀ ਜਾਵੇ, ਜਿਹੜਾ ਕੌਮ ਨਾਲ ਆਉਣ ਵਾਲੇ ਸਮੇਂ 'ਚ ਵੀ ਕੋਈ ਇੱਦਾਂ ਦਾ ਧਰੋਹ ਜਾਂ ਉਹਨਾਂ ਨਾਲ ਬੇਈਮਾਨੀ ਨਾ ਕਰ ਸਕੇ। ਸਰ ਅੰਮ੍ਰਿਤਪਾਲ ਜੀ ਦਾ ਕੀ ਲੱਗਦਾ ਕਿ ਇੱਕ ਜਨਤਾ ਦੁਆਰਾ ਸਾਂਸਦ ਵੀ ਚੁਣ ਲਏ ਗਏ ਨੇ ਅਤੇ ਅਜੇ ਤੱਕ ਵੀ ਉਹਨਾਂ ਨੂੰ ਇਸ ਬਾਰੇ ਸਰਕਾਰ ਕੋਈ ਵੱਡਾ ਐਕਸ਼ਨ ਨਹੀਂ ਲੈ ਰਹੀ ਹੈ, ਉਹਨਾਂ ਨੂੰ ਰਿਹਾ ਕਰਨ ਬਾਰੇ ਸੋਚਣ ਲਈ, ਕੀ ਲੱਗਦਾ ਜੀ ਧੱਕਾ ਦਿੱਤਾ ਜਾ ਰਿਹਾ? ਨਹੀਂ ਇਹ ਜੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਪੰਜਾਬ ਨਾ ਹਮੇਸ਼ਾ ਹੀ ਦਿੱਲੀ ਜਾਂ ਸਾਡੀਆਂ ਆਪਣੇ ਇੱਥੇ ਦੇ ਪੰਜਾਬ ਸਰਕਾਰ ਵੀ ਇਹ ਕਿਸਮ ਦਿੱਲੀ ਤੋਂ ਚੱਲ ਰਹੀ ਆ, ਅਤੇ ਉਹ ਵੀ ਸਾਡੀਆਂ ਕੋਈ ਭਾਵਨਾਵਾਂ ਦੀ ਲੋਕਤੰਤਰ ਦੀ ਕੋਈ ਇਹਦੀ ਕਦਰ ਨਹੀਂ ਜਾਣਦੇ ਹੋਇਆ ਉਹਨਾਂ ਨੂੰ ਦੇਖੋ ਕਿ ਪੰਜਾਬ 'ਚੋਂ ਸਭ ਤੋਂ ਵੱਡੇ ਬਹੁਮਤ ਨਾਲ ਉਹ ਜਿੱਤੇ ਅਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਅਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤਾਂ ਮੰਤਰੀ ਪਦ ਦੇ ਕੇ ਵੀ ਨਵਾਜਿਆ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲਿਆਂ ਨੂੰ। ਪੰਜਾਬ ਦੀ ਇੱਕ ਵਿਰਾਸਤੀ ਜਿਹੜੀ ਪਾਰਟੀ ਸੀ ਅਕਾਲੀ ਦਲ, ਤੁਸੀਂ ਅਕਾਲੀ ਦਲ ਪਾ ਰਹੇ ਹੋ, ਇਹ ਅੱਜ ਕੱਲ੍ਹ ਕਿਤੇ ਪਰਿਵਾਰਕ ਜਾ ਰਹੀ ਹੈ? ਨਹੀਂ ਇਹ ਪਰਿਵਾਰਕ ਹੋ, ਜਦੋਂ ਤੋਂ ਪਰਿਵਾਰ ਦਾ ਕਬਜ਼ਾ ਹੈ ਉਦੋਂ ਬਾਅਦ 'ਚ ਹੀ ਇਹ ਬਹੁਤ ਵੱਡੀ ਸਰਮੌਰ ਸਾਡੇ ਇਹ ਪੰਜਾਬ ਦੀ ਖੇਤਰੀ ਪਾਰਟੀ ਸੀ, ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਸੰਘਰਸ਼ ਕੀਤਾ, ਪਰ ਜਦੋਂ ਤੋਂ ਇੱਕ ਪਰਿਵਾਰ ਦੇ ਕਬਜ਼ੇ 'ਚ ਚਲੀ ਗਈ ਉਦੋਂ ਬਾਅਦ 'ਚ ਇਹ ਪਾਰਟੀ ਵੀ ਪਾਰਟੀ ਦਾ ਵੀ ਹੁਣ ਇੱਕਦਮ ਖਤਮ ਹੋਣ ਦੇ ਕਿਨਾਰੇ 'ਤੇ ਪਹੁੰਚ ਗਈ ਆ, ਕਿਉਂਕਿ ਹੁਣ ਤੁਸੀਂ ਦੇਖੋ ਕਿ ਲੋਕ ਸਭਾ 'ਚ ਵੀ ਉਹਨਾਂ ਨੂੰ ਇੱਕ ਸੀਟ ਮਿਲੀ ਆ, ਪਹਿਲਾਂ ਵੀ 3 MLA ਸੀ ਉਹ ਵੀ 2 ਛੱਡ ਕੇ ਚਲੇ ਗਏ,
ਅਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਜਿਹੜੀਆਂ ਉਹਨਾਂ ਨੇ ਗੁਨਾਹ ਕੀਤੇ ਸੀਗੇ ਇਹ ਉਹਨਾਂ ਨੂੰ ਫਲ ਮਿਲਿਆ ਮਿਲਿਆ, ਬਾਕੀ ਸਾਡੇ ਕੌਮ ਨੂੰ ਬਹੁਤ ਜਿਹੜਾ ਵੱਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਭਰਪਾਈ ਕਰਨ ਵਾਸਤੇ ਵੀ ਅਜੇ ਬਹੁਤ ਸਮਾਂ ਲੱਗੂ। ਜਿਹੜੀ ਇਹਦੇ ਵਿੱਚ ਪਾਰਟੀ ਦੇ ਵਿੱਚ ਅੱਜ ਕੱਲ੍ਹ ਬਗਾਵਤ ਹੋ ਰਹੀ ਹੈ, ਲੱਗਦਾ ਇਹ ਪਰਿਵਾਰ ਵਾਸਤੇ ਲੈ ਕੇ ਹੋ ਰਹੀ ਹੈ? ਇਹ ਜੀ ਮੇਰਾ ਖਿਆਲ ਹੈ ਕਿ ਕੋਈ ਜਦੋਂ ਸੱਤਾ ਇਹ ਕੁਛ ਬਹੁਤ ਜਿਹੜੇ ਲੀਡਰਾਂ ਦੀ ਅੱਜ ਕੱਲ੍ਹ ਬਹੁਤ ਆ ਅਤੇ ਇਹੋ ਹੈ ਕਿ ਉਹ ਸੱਤਾ ਹੀ ਚਾਹੁੰਦੇ ਆ, ਅਤੇ ਜਿੰਨਾ ਚਿਰ ਤਾਂ ਸੱਤਾ ਸੀ ਉਨ੍ਹਾਂ ਚਿਰ ਤਾਂ ਸਾਰੇ ਭਾਈਵਾਲ ਹੀ ਰਹੇ, ਅਤੇ ਜਦੋਂ ਹੁਣ ਦੇਖੇ ਕਿ ਸੱਤਾ ਹੱਥੋਂ ਖਿਸਕਿਤ ਰਹੀ ਆ, ਨਹੀਂ ਕੁਛ ਅੱਗੇ ਦਿਸ ਰਿਹਾ, ਅਤੇ ਹੁਣ ਸਾਰੇ ਜਣੇ ਇਹ ਇੱਕ ਦੂਜੇ ਦੇ ਉੱਪਰ ਤੁਮਤਾਂ ਲਾ ਰਹੇ, ਮੇਰਾ ਖਿਆਲ ਹੈ ਕਿ ਸਾਰਿਆਂ ਦੀ ਇਹ ਉਹ ਜੋ ਪਿੱਛੇ ਗੁਨਾਹ ਹੋਏ ਆ ਉਹਨੇ ਸਾਰਿਆਂ ਦੀ ਭਾਗੀਦਾਰੀ ਆ। ਖਡੂਰ ਸਾਹਿਬ ਤੋਂ ਜਿਹੜੇ ਸੰਸਦ ਨੇ ਅਜੇ ਤੱਕ ਵੀ ਜੇਲ੍ਹ 'ਚ ਨੇ, ਕੀ ਤੁਹਾਨੂੰ ਜਿੱਥੇ ਖਡੂਰ ਸਾਹਿਬ ਦੇ ਵਿੱਚ ਜਾਂਦੇ ਹੋ ਤੁਸੀਂ ਲੋਕਾਂ ਦਾ ਕੀ ਕਹਿਣਾ, ਕੀ ਰੁਝਾਨ ਨੇ ਇਸ ਵਾਰ? ਨਹੀਂ, ਲੋਕਾਂ 'ਚ ਤਾਂ ਇਹ ਬੜਾ ਬੜਾ ਸ਼ਾਹ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ, ਪਰ ਠੀਕ ਹੈ ਕਿ ਸਰਕਾਰ ਦੀ ਮਰਜ਼ੀ ਹੈ, ਲੋਕ ਨਹੀਂ ਉਹ ਲੋਕਤੰਤਰ ਦੀ ਵੀ ਨਹੀਂ ਪਰਵਾਹ ਕਰ ਰਹੀ ਹੈ, ਉਹ ਆਪਣੇ ਜੋ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੀਆਂ ਧੱਜੀਆਂ ਡਾ ਰਹੇ ਆ। ਮੇਰਾ ਖਿਆਲ ਹੈ ਕਿ ਇਹ ਤਾਂ ਲੋਕਾਂ ਨੇ 19 ਤਰੀਕ ਨੂੰ ਵੀ ਇੱਕ ਇਕੱਤਰਤਾ ਸੀ ਉਹ 'ਚ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੈ ਕੇ ਦੱਸ ਰਿਹਾ ਆ ਕਿ ਤੁਸੀਂ ਜੁਰਮ ਕਰ ਰਹੇ ਹੋ, ਪਰ ਫਿਰ ਵੀ ਸਰਕਾਰ ਦੇ ਕੰਨਾਂ 'ਤੇ ਕੋਈ ਜੂ ਨਹੀਂ ਸਰਕ ਰਹੀ। ਇੱਥੇ ਵੀ 35-40 ਜਣੇ ਅੰਮ੍ਰਿਤਸਰ ਜੇਲ੍ਹ ਜਾਂ ਹੋਰ ਪੰਜਾਬ 'ਚ ਵੀ ਆ, ਅਤੇ ਉਹਨਾਂ ਨੂੰ ਵੀ ਡੇਢ ਸਾਲ ਹੋ ਗਿਆ, ਉਹ ਛੋਟੇ ਛੋਟੇ ਕੇਸਾਂ 'ਚ ਵੀ ਜ਼ਮਾਨਤ ਨਹੀਂ ਦਿੱਤੀ ਜਾ ਰਹੀ, ਬਹੁਤ ਵੱਡਾ ਜੁਰਮ ਹਟਾਇਆ ਜਾ ਰਿਹਾ। ਥੈਂਕ ਯੂ।